ਅੱਜ ਅਸੀਂ ਕਰਾਂਗੇ ਨੋਟਮੀ ਦਾ ਪਾਠ ਤੀਸਰਾ, ਸਰੀਰ ਰਚਨਾ ਵਿਗਿਆਨ। ਠੀਕ ਹੈ, ਇਸ ਤੋਂ ਪਹਿਲਾਂ ਦੋ ਪਾਠ ਕਰ ਚੁੱਕੇ ਹਾਂ, ਅਗਰ ਕਿਸੇ ਨੂੰ ਪੜ੍ਹ ਨਹੀਂ ਦੇਖੇ ਤਾਂ ਉਹ ਵੀ ਦੇਖ ਲੈਣਾ, ਸਾਰੇ ਕੁਸ਼ਚਨ ਬਹੁਤ ਇੰਪੋਰਟੈਂਟ ਕਰਵਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਆਪਾਂ 8 ਤੋਂ 9 ਪਾਠ ਕਿੰਦੇ ਕਰ ਲੈਣੇ, ਕਮਿਊਨਿਟੀ ਹੈਲਥ ਨਰਸਿੰਗ ਦੇ। ਅਗਰ ਕਿਸੇ ਨੇ ਉਹ ਵੀਡੀਓ ਨਹੀਂ ਦੇਖਿਆ ਤਾਂ ਉਹ ਵੀ ਇਸ ਚੈਨਲ ਦੇ ਪਲੇਲਿਸਟ ਵਿੱਚ ਮਿਲ ਜਾਣਗੀਆਂ। ਠੀਕ ਹੈ, ਅਗਰ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਤਾਂ ਜੋ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਠੀਕ ਹੈ ਜੀ, ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ, ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਏਗਾ। ਅਤੇ ਕਰਦੇ ਹਾਂ ਅੱਜ ਦੇ ਇੰਪੋਰਟੈਂਟ ਕੁਸ਼ਚਨ, ਅਨੋਟਮੀ ਪਾਰਟ ਤੀਸਰਾ। ਕੀ ਕਹਿੰਦੇ ਨੇ ਕੁਸ਼ਚਨ? ਕਹਿੰਦੇ ਨੇ ਦਿਮਾਗ ਵਿੱਚ CSF ਦੀ ਕੁੱਲ ਮਾਤਰਾ ਕਿੰਨੀ ਹੁੰਦੀ ਹੈ? 46ਵਾਂ ਕੁਸ਼ਚਨ ਕਰਾਂਗੇ, ਇਸ ਤੋਂ ਪਹਿਲਾਂ 45 ਕਰ ਚੁੱਕੇ ਹਾਂ। ਦਿਮਾਗ CSF ਦੀ ਕੁੱਲ ਮਾਤਰਾ ਕਿੰਨੀ ਹੁੰਦੀ ਹੈ? 300 ਮਿਲੀਲੀਟਰ, 120 ਮਿਲੀਲੀਟਰ, 720 ਜਾਂ 200 ਮਿਲੀਲੀਟਰ? ਠੀਕ ਹੈ, ਆਪਣਾ ਰਾਈਟ ਆਂਸਰ ਹੋ ਜਾਏਗਾ, ਕੀ ਹੋ ਜਾਏਗਾ? 120 ਮਿਲੀਲੀਟਰ। ਠੀਕ ਹੈ, CSF ਨੂੰ ਕੀ ਕਿਹਾ ਜਾਂਦਾ ਹੈ? CSF ਨੂੰ ਕੀ ਕਹਿੰਦੇ ਨੇ? ਸੈਰੇਬ੍ਰੋਸਪਾਈਨਲ ਫਲੂਇਡ। ਠੀਕ ਹੈ, ਇਹਦੀ ਫੁੱਲ ਫੋਰਮ ਵੀ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਕੀ ਕਿਹਾ ਗਿਆ? ਖੂਨ ਦੇ ਕਣ ਕਿੰਨੀ ਕਿਸਮ ਦੇ ਹੁੰਦੇ ਹਨ? 5, 4, 2 ਜਾਂ 3? ਇਹ ਕੁਸ਼ਚਨ ਵਿੱਚ ਕੀ ਕਿਹਾ? ਖੂਨ ਦੇ ਕਣ ਪੁੱਛਿਆ ਗਿਆ ਵੀ ਖੂਨ ਦੇ ਕਣ ਕਿੰਨੀ ਕਿਸਮ ਦੇ ਨੇ। ਆਪਣਾ ਜੋ ਆਂਸਰ ਹੋ ਜਾਏਗਾ ਉਹ ਕੀ ਹੈ? ਡੀ, 3 ਪ੍ਰਕਾਰ ਦੇ ਹੁੰਦੇ ਹਨ। ਆਪਾਂ ਇਹਦੇ ਅੱਗੇ ਗੱਲ ਕਰਾਂਗੇ ਚੱਲ ਕੇ, ਇੱਕ ਹੋਰ ਕੁਸ਼ਚਨ ਆਏਗਾ ਇਸ ਤੋਂ ਬਾਅਦ। ਕਹਿੰਦੇ ਨੇ ਖੂਨ ਦੇ ਕਣਾਂ ਦੇ ਬਣਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਜੋ ਖੂਨ ਦੇ ਕਣ ਹੁੰਦੇ ਨੇ, ਜੋ ਬਣਦੇ ਨੇ, ਉਸ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ? ਜਦੋਂ ਖੂਨ ਦੇ ਕਣ ਬਣਦੇ ਨੇ, ਖੂਨ ਦੇ ਕਣ 3 ਪ੍ਰਕਾਰ ਦੇ, ਜੋ ਬਣਨ ਦੀ ਪ੍ਰਕਿਰਿਆ, ਉਹ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ? ਹੀਮੋਲਾਇਸਿਸ, ਹੀਮੋਜੋਇਨ, ਹੀਮੋਪੋਇਸਿਸ ਜਾਂ ਹੀਮੋਟਰ? ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਕੀ ਹੋ ਜਾਏਗਾ? ਹੀਮੋਪੋਇਸਿਸ। ਠੀਕ ਹੈ, ਉਸ ਤੋਂ ਬਾਅਦ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ। ਕੀ ਕਹਿੰਦੇ ਨੇ? ਖੂਨ ਦੇ ਸੈੱਲਾਂ ਦਾ ਬਣਨਾ, ਜਿਸ ਨੂੰ ਹੈਮਟੋਪੋਇਸਿਸ ਜਾਂ ਹੀਮੋਪੋਇਸਿਸ ਵੀ ਕਿਹਾ ਜਾਂਦਾ, ਇਹਨੂੰ ਹੀਮੋਪੋਇਸਿਸ ਵੀ ਕਿਹਾ ਜਾਂਦਾ ਔਰ ਹੈਮਟੋਪੋਇਸਿਸ ਵੀ ਕਿਹਾ ਜਾਂਦਾ। ਠੀਕ ਹੈ, ਖੂਨ ਦੇ ਸੈੱਲਾਂ ਨੂੰ 3 ਸਮੂਹਾਂ ਵਿੱਚ ਵੰਡਿਆ ਜਾਂਦਾ, ਮਤਲਬ 3 ਸਮੂਹ 'ਚ ਵੰਡਿਆ ਜਾਂਦਾ, ਲਾਲ ਖੂਨ, ਚਿੱਟਾ ਖੂਨ ਔਰ ਖੂਨ ਦੇ ਪਲੈਟਲੈਟਸ। ਠੀਕ ਹੈ, ਲਾਲ ਖੂਨ ਜਿਹਨੂੰ ਐਰੀਥਰੋਸਾਈਟਸ ਵੀ ਕਿਹਾ ਜਾਂਦਾ, ਜੋ ਚਿੱਟੇ ਖੂਨ ਦੇ ਸੈੱਲ ਹੁੰਦੇ ਨੇ ਉਹਨੂੰ ਲਿਕੋਸਾਈਟਸ ਵੀ ਕਿਹਾ ਜਾਂਦਾ ਔਰ ਪਲੈਟਲੈਟਸ ਨੂੰ ਥ੍ਰੋਂਬੋਸਾਈਟਸ ਵੀ ਕਿਹਾ ਜਾਂਦਾ। ਇਹ ਵੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਉਸ ਤੋਂ ਬਾਅਦ ਕੀ ਕਹਿੰਦੇ ਨੇ? ਕਿਹੜੇ ਲਿਕੋਸਾਈਟਸ ਖੂਨ ਵਿੱਚ ਹੈਪਰਿਨ ਅਤੇ ਹਿਸਟਾਮਿਨ ਛੱਡਦੇ ਹਨ? ਨਿਊਟ੍ਰੋਫਿਲ, ਬੈਸੋਫਿਲ, ਈਓਸਿਨੋਫਿਲ ਜਾਂ ਮੋਨੋਸਾਈਟਸ? ਆਪਣਾ ਆਂਸਰ ਕੀ ਹੋ ਜਾਏਗਾ? ਆਪਣਾ ਆਂਸਰ ਹੋ ਜਾਏਗਾ ਬੈਸੋਫਿਲ। ਠੀਕ ਹੈ, ਸਾਰੇ ਕੁਸ਼ਚਨ ਕੀ ਨੇ? ਬਹੁਤ ਇੰਪੋਰਟੈਂਟ ਨੇ। ਵੀਡੀਓ ਅੱਛੀ ਲੱਗੇ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਵੀ ਜ਼ਰੂਰ ਕਰ ਦੇਣਾ, ਔਰ ਆਪਣੇ ਨਾਲ ਦੇ ਨਾਲ ਕੁਸ਼ਚਨ ਅਟੈਂਪਟ ਕਰਦੇ ਜਾਣਾ। ਉਸ ਤੋਂ ਬਾਅਦ ਕੀ ਕਿਹਾ ਗਿਆ? ਮਨੁੱਖ ਦਿਮਾਗ ਦੀ ਯਾਦ ਸ਼ਕਤੀ ਕਿਸ ਵਿੱਚ ਪਾਈ ਜਾਂਦੀ? ਜੋ ਵੀ ਆਪਾਂ ਯਾਦ ਰੱਖਦੇ ਹਾਂ ਜਾਂ ਕੁਛ ਵੀ ਯਾਦ ਹੁੰਦਾ ਆਪਾਂ ਨੂੰ, ਉਹ ਕਿਹੜੇ ਪਾਰਟ ਵਿੱਚ ਹੁੰਦਾ ਬ੍ਰੇਨ ਦੇ? ਸੈਰੇਬ੍ਰਮ, ਬ੍ਰੇਨ ਕੈਵਿਟੀ, ਸੈਰੇਬ੍ਰਮ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਆਪਣਾ ਆਂਸਰ ਕੀ ਹੋ ਜਾਏਗਾ? ਉਹ ਕਿੱਥੇ ਹੁੰਦਾ? ਸੈਰੇਬ੍ਰਮ ਵਿੱਚ। ਠੀਕ ਹੈ ਜੀ,
ਕੀ ਕਹਿੰਦੇ ਨੇ, ਸੈਰਬਰ ਮਨੁੱਖੀ ਦਿਮਾਗ ਦਾ ਉਹ ਹਿੱਸਾ ਹੈ ਜਿਸ ਨੂੰ ਯਾਦ ਸ਼ਕਤੀ ਕਿਹਾ ਜਾਂਦਾ ਜਾਂ ਮੈਮਰੀ ਪਾਵਰ ਕਿਹਾ ਜਾਂਦਾ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਖੋਪੜੀ ਦੀ ਸਭ ਤੋਂ ਛੋਟੀ ਪੁਰਪਰੀ ਹੱਡੀ ਹੈ, ਸਫੀਨਾਇਡ ਹੱਡੀ, ਵਮਰ ਹੱਡੀ, ਲੈਕਰੀਮਲ ਹੱਡੀ ਜਾਂ ਟੈਂਪੋਰਲ ਹੱਡੀ। ਖੋਪੜੀ ਦੀ ਸਭ ਤੋਂ ਛੋਟੀ ਪੁਰਪਰੀ ਹੱਡੀ ਬਾਰੇ ਪੁੱਛ ਰਹੇ ਨੇ, ਆਪਣਾ ਆਂਸਰ ਕੀ ਹੋ ਜਾਏਗਾ? ਉਹ ਹੈ ਟੈਂਪੋਰਲ ਹੱਡੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਚਿਹਰੇ ਦੀ ਸਭ ਤੋਂ ਵੱਡੀ ਹੱਡੀ, ਜੋ ਆਪਣਾ ਚਿਹਰਾ ਹੈ, ਫੇਸ ਹੈ, ਉਹਦੀ ਸਭ ਤੋਂ ਵੱਡੀ ਹੱਡੀ ਕੀ ਕਹਿੰਦੇ ਨੇ? ਮੈਕਸਿਲੀ ਹੱਡੀ, ਜਾਇਗੋਮੈਟਿਕ, ਹਾਇਡ ਜਾਂ ਤਾਲੂ ਦੀ ਹੱਡੀ। ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕਿਹੜਾ ਹੋ ਜਾਏਗਾ? ਮੈਕਸਿਲੀ ਹੱਡੀ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਵਿੱਚ ਕੀ ਕਿਹਾ ਗਿਆ? ਕਹਿੰਦੇ ਨੇ, ਹੇਠ ਲਿਖੇ ਵਿੱਚ ਸਿਰ ਵਿੱਚ ਗਤੀਸ਼ੀਲ ਹੱਡੀ, ਜੋ ਆਪਣੇ ਮਾਇੰਡ ਦੇ ਵਿੱਚ, ਸਿਰ ਦੇ ਵਿੱਚ ਜੋ ਗਤੀਸ਼ੀਲ ਹੱਡੀ ਹੁੰਦੀ ਹੈ ਉਹ ਕਿਹੜੀ ਹੈ? ਮੈਕਸਿਲੀ ਹੱਡੀ, ਮੈਨਿਡਬਲ ਹੱਡੀ, ਜਾਇਗੋਮੈਟਿਕ ਜਾਂ ਉਪਰੋਕਤ ਵਿੱਚ ਕੋਈ ਨਹੀਂ। ਆਪਣਾ ਆਂਸਰ ਹੋ ਜਾਏਗਾ ਮੈਨਿਡਬਲ ਹੱਡੀ। ਠੀਕ ਹੈ, ਇਹ ਵੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਉਸ ਤੋਂ ਬਾਅਦ ਕੀ ਕਹਿੰਦੇ ਨੇ, 54 ਕੁਸ਼ਚਨ, ਸਟਰਨਮ ਦਾ ਉੱਪਰੀ ਹਿੱਸਾ ਕਿਸ ਨੂੰ ਸਹਾਰਾ ਦਿੰਦਾ ਹੈ? ਸਟਰਨਮ ਦਾ ਉੱਪਰੀ ਹਿੱਸਾ ਕਿਸ ਨੂੰ ਸਹਾਰਾ ਦਿੰਦਾ ਹੈ? ਕਲੈਵੀਕਲ, ਹਿਊਮਰਸ, ਰੇਡੀਅਸ ਜਾਂ ਅਲਨਾ। ਜੋ ਸਟਰਨਮ ਦਾ ਉੱਪਰੀ ਹਿੱਸਾ ਕਿਸ ਨੂੰ ਸਹਾਰਾ ਦਿੰਦਾ ਹੈ? ਆਪਣਾ ਆਂਸਰ ਹੋ ਜਾਏ ਕੀ ਹੈ? ਕਲੈਵੀਕਲਸ। ਠੀਕ ਹੈ, ਕਹਿੰਦੇ ਨੇ, ਜੋ ਸਟਰਨਮ ਦਾ ਸਿਖਰ ਕਲੈਵੀਕਲਸ ਨੂੰ ਸਹਾਰਾ ਦਿੰਦਾ, ਸਿਖਰ ਕਹਿ ਸਕਦੇ ਹਾਂ ਜਾਂ ਉੱਪਰੀ ਹਿੱਸਾ ਕਹਿ ਸਕਦੇ ਹਾਂ। ਠੀਕ ਹੈ, ਕਿਹਨੂੰ? ਕਲੈਵੀਕਲ ਨੂੰ ਸਹਾਰਾ ਦਿੰਦਾ ਹੈ। ਅਤੇ ਇਸ ਦੇ ਕਿਨਾਰੇ ਪਸਲੀਆਂ ਦੇ ਪਹਿਲੇ ਦੋ ਜੋੜਿਆਂ ਦੇ ਕੋਸਟਲ ਕਾਰੀਟੇਜ ਨਾਲ ਜੁੜੇ ਹੁੰਦੇ ਹਨ, ਇਹ ਵੀ ਤੁਸੀਂ ਯਾਦ ਕਰ ਲੈਣਾ। ਠੀਕ ਹੈ, ਉਸ ਤੋਂ ਬਾਅਦ ਕੀ ਕਿਹਾ ਗਿਆ? ਸਟਰਨਮ ਕਿੰਨੀਆਂ ਜੋੜੀਆਂ ਪਸਲੀਆਂ ਨਾਲ ਜੁੜਿਆ ਹੁੰਦਾ ਹੈ? 7 ਜੋੜੀ, 8 ਜੋੜੀ, 6 ਜੋੜੀ ਜਾਂ 9 ਜੋੜੀ। ਆਪਣਾ ਰਾਈਟ ਆਂਸਰ ਹੋ ਜਾਏਗਾ ਕਿਹੜਾ ਜੀ? 7 ਜੋੜੀ। ਜੋ ਸਟਰਨਮ ਕਿੰਨੀਆਂ ਪਸਲੀਆਂ ਨਾਲ ਜੁੜਿਆ ਹੁੰਦਾ ਹੈ? 7 ਜੋੜੀ ਪਸਲੀਆਂ ਨਾਲ ਜੁੜਿਆ ਹੁੰਦਾ ਹੈ। ਉਸ ਤੋਂ ਬਾਅਦ ਇੰਪੋਰਟੈਂਟ ਕੁਸ਼ਚਨ, ਰੀੜ ਦੀ ਹੱਡੀ ਦੇ ਆਖਰੀ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ? ਜੋ ਰੀੜ ਦਾ ਜੋ ਹੱਡੀ ਦਾ ਆਖਰੀ ਹਿੱਸਾ ਉਹਨੂੰ ਕੀ ਕਿਹਾ ਜਾਂਦਾ ਹੈ? ਕੌਂਡਾ, ਇਕੁਨਾ, ਟਰਮੀਨਲ ਤਾਰ, ਕੋਡਲ ਜਾਂ ਟਰਮੀਨਲ ਜਾਂ ਕੋਨਸ ਮੈਡੁਲਰਿਸ। ਠੀਕ ਹੈ, ਆਪਣਾ ਜੋ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? ਉਮੀਦ ਕਰਦਾ ਤੁਸੀਂ ਆਪਣਾ ਆਂਸਰ ਲਗਾ ਲਿਆ। ਆਪਣਾ ਆਂਸਰ ਹੋ ਜਾਏਗਾ ਡੀ, ਕੋਨਸ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦੇ ਨੇ, ਕ੍ਰੈਨੀਅਲ ਨਰਵ ਦਿਮਾਗ ਵਿੱਚ ਕਿਸ ਹਿੱਸੇ ਤੋਂ ਉਤਪੰਨ ਹੁੰਦੀ ਹੈ? ਜੋ ਕ੍ਰੈਨੀਅਲ ਨਰਵ ਹੈ ਦਿਮਾਗ ਦੇ ਕਿਸ ਹਿੱਸੇ ਤੋਂ ਉਤਪੰਨ ਹੁੰਦੀ ਹੈ? ਬਾਹਰੀ ਸਤਾ ਤੋਂ, ਹੇਠਲੀ ਸਤਾ, ਉੱਪਰਲੀ ਸਤਾ ਜਾਂ ਇਸ ਵਿੱਚ ਕੋਈ ਨਹੀਂ? ਆਪਣਾ ਜੋ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? ਹੇਠਲੀ ਸਤਾ ਤੋਂ। ਜੋ ਕ੍ਰੈਨੀਅਲ ਜੋ ਨਰਵ ਹੈ ਕਿੱਥੋਂ ਉਤਪੰਨ ਹੁੰਦੀ ਹੈ? ਹੇਠਲੀ ਸਤਾ ਤੋਂ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਨੇ, ਪੈਨਕ੍ਰਿਆਸ ਕਿੱਥੇ ਸਥਿਤ ਹੁੰਦਾ ਹੈ? ਹੁਣ ਪੈਨਕ੍ਰਿਆਸ ਦੀ ਗੱਲ ਕਰ ਰਹੇ ਨੇ, ਪੈਨਕ੍ਰਿਆਸ ਕਿੱਥੇ ਸਥਿਤ ਹੈ? ਪੇਟ ਦੇ ਹੇਠਾਂ, ਪੇਟ ਦੇ ਜਗ੍ਹਾ ਦੇ ਵਿਚਕਾਰ, ਪੇਟ ਦੇ ਪਿੱਛੇ ਜਾਂ ਪੇਟ ਦੇ ਉੱਪਰ? ਕਿੱਥੇ ਹੁੰਦਾ ਪੈਨਕ੍ਰਿਆਸ? ਆਪਣਾ ਆਂਸਰ ਹੋ ਜਾਏਗਾ ਪੇਟ ਦੇ ਪਿੱਛੇ। ਠੀਕ ਹੈ, ਸਾਰੇ ਕੁਸ਼ਚਨ ਕਿੰਨੇ ਇੰਪੋਰਟੈਂਟ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡ ਤੱਕ ਜ਼ਰੂਰ ਸ਼ੇਅਰ ਕਰ ਦੇਣਾ। ਨੈਕਸਟ ਕੁਸ਼ਚਨ ਕੀ ਕਿਹਾ ਗਿਆ? ਪਸਲੀਆਂ ਦੇ ਕਿੰਨੇ ਜੋੜੇ ਹੁੰਦੇ ਹਨ? ਜੋ ਪਸਲੀਆਂ ਨੇ ਕਿੰਨੇ ਜੋੜੇ ਨੇ? 12, 13, 11 ਜਾਂ 14? ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੈ? 12 ਜੋੜੇ।
ਜੋ ਪਸਲੀਆਂ ਦੇ ਕਿੰਨੇ ਜੋੜੇ ਹੁੰਦੇ ਨੇ? 12 ਜੋੜੇ ਹੁੰਦੇ ਹਨ। ਫਿਰ ਕਹਿੰਦੇ ਨੇ ਨੈਕਸਟ ਕੁਐਸਚਨ, ਸਰੀਰ ਦੀ ਕੇਂਦਰੀ ਧੁਰੀ ਹੁੰਦੀ ਹੈ। ਜੋ ਸਰੀਰ ਦੀ ਕੇਂਦਰੀ ਧੁਰੀ ਕੀ ਹੈ? ਰੀੜ, ਪਸਲੀਆਂ, ਸਟਰਨਮ ਜਾਂ ਬਰੋਕਤ ਵਿੱਚ ਕੋਈ ਨਹੀਂ? ਆਪਣਾ ਆਂਸਰ ਹੋ ਜਾਏਗਾ ਜੋ ਰੀੜ ਦੀ ਹੱਡੀ, ਜੋ ਕਿ ਆਪਣੀ ਕੇਂਦਰੀ ਧੁਰੀ ਹੈ, ਜਿਹਦੇ ਨਾਲ ਸਭ ਕੁਝ ਆਪਣਾ ਬੋਡੀ ਕੰਮ ਕਰਦੀ ਹੈ। ਉਸ ਤੋਂ ਬਾਅਦ ਕੀ ਕਿਹਾ ਜਾਂਦਾ ਹੈ? ਕਿਸੇ ਸੱਟ ਤੋਂ ਬਾਅਦ ਜਾਂ ਬਿਮਾਰੀ ਦੇ ਕਾਰਨ ਸਪਾਈਨ ਕਾਰਡ ਉੱਤੇ ਪੈਣ ਵਾਲੇ ਦਬਾਅ ਨੂੰ ਕੀ ਕਹਿੰਦੇ ਨੇ? ਕਿਸੇ ਸੱਟ ਤੋਂ ਬਾਅਦ ਜਾਂ ਬਿਮਾਰੀ ਦੇ ਕਾਰਨ ਸਪਾਈਨ ਕਾਰਡ ਉੱਤੇ ਪੈਣ ਵਾਲੇ ਦਬਾਅ ਨੂੰ ਖਤਮ ਕਰਨ ਲਈ ਓਪਰੇਸ਼ਨ ਦੁਆਰਾ ਕੱਢਿਆ ਜਾਂਦਾ, ਮਤਲਬ ਕਿਹੜਾ ਓਪਰੇਸ਼ਨ ਕੀਤਾ ਜਾਂਦਾ ਉਸ ਦਬਾਅ ਨੂੰ ਕੱਢਣ ਲਈ? ਐਂਜੀਓਪਲਾਸਟੀ, ਲੈਮੀਨੈਕਟਮੀ, ਟ੍ਰੈਕਿਓਸਟੋਮੀ, ਕੈਰੇਟੋਪਲਾਸਟੀ। ਠੀਕ ਹੈ, ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ ਰਿਕਾਰਡ ਦਾ? ਜੋ ਹੈ ਬੀ, ਲੈਮੀਨੈਕਟਮੀ। ਠੀਕ ਹੈ, ਤੁਸੀਂ ਯਾਦ ਕਰ ਸਕਦੇ ਹੋ, ਨਾਮ ਥੋੜ੍ਹੇ ਜ਼ਰੂਰ ਡਿਫੀਕਲਟ ਨੇ ਪਰ ਕਰਨੇ ਜ਼ਰੂਰੀ ਨੇ। ਉਸ ਤੋਂ ਬਾਅਦ ਕੀ ਕਹਿੰਦੇ ਨੇ? ਸਭ ਤੋਂ ਛੋਟੀ ਵਰਟ ਵੀ ਹੈ, ਸਭ ਤੋਂ ਛੋਟੀ ਵਰਟ ਵੀ ਕਰੀਏ ਧਾਰਮਿਕ, ਸਭ ਤੋਂ ਛੋਟੀ ਵਰਟ ਵੀ ਥੈਰਮਿਕ ਵਰਟ ਵੀ, ਸਰਵਾਈਕਲ ਵਰਟ ਵੀ, ਲੰਬਰ ਵਰਟ ਵੀ ਜਾਂ ਸੈਕਰਲ ਵਰਟ ਵੀ? ਆਪਣਾ ਜੋ ਆਂਸਰ ਹੋ ਜਾਏਗਾ ਉਹ ਕਿਹੜਾ ਹੋ ਜਾਏਗਾ? ਸਰਵਾਈਕਲ ਵਰਟ ਵੀ, ਸਰਵਾਈਕਲ ਜਾਂ ਸਰਵੀਕਲ ਵਰਟ ਵੀ ਕਹਿ ਸਕਦੇ ਆਪਾਂ। ਉਸ ਤੋਂ ਬਾਅਦ ਕੀ ਕਹਿੰਦੇ ਨੇ? ਹੇਠ ਲਿਖਿਆਂ ਵਿੱਚੋਂ ਪਹਿਲੀ ਸਰਵੀਕਲ ਵਰਟ ਵੀ ਐਕਸਿਸ, ਐਟਲਸ, ਕੋਕਸਿਸ ਜਾਂ ਉਪਰੋਕਤ ਵਿੱਚ ਕੋਈ ਨਹੀਂ? ਆਪਣਾ ਜੋ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? ਐਟਲਸ। ਨੈਕਸਟ ਕੁਐਸਚਨ, ਸਭ ਤੋਂ ਵੱਡੀ ਵਰਟ ਵੀ ਲੰਬਰ, ਥੋਰਮਿਕ ਜਾਂ ਸਰਵੀਕਲ ਜਾਂ ਸੈਕੁਲਰ ਵਰਟ ਵੀ? ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੈ? ਲੰਬਰ ਵਰਟ ਵੀ। ਨੈਕਸਟ ਕੁਐਸਚਨ ਕੀ ਕਿਹਾ ਗਿਆ? ਸੈਕੁਲਰ ਵਰਟ ਵੀ ਆਪਸ ਵਿੱਚ ਇੱਕ ਦੂਜੇ ਨਾਲ ਜੁੜ ਕੇ ਇੱਕ ਹੱਡੀ ਬਣਾਉਂਦੀ ਹੈ ਜੋ ਕਹਿਲਾਉਂਦੀ ਹੈ। ਦੁਬਾਰਾ ਕੁਐਸਚਨ, ਸੈਕੁਲਰ ਵਰਟ ਵੀ ਆਪਸ ਵਿੱਚ ਇੱਕ ਦੂਸਰੇ ਨਾਲ ਜੁੜ ਕੇ ਇੱਕ ਹੱਡੀ ਬਣਾਉਂਦੀ ਹੈ ਜੋ ਕਹਿਲਾਉਂਦੀ ਹੈ? ਕੋਕਸਿਸ, ਸੈਕਰਲ, ਥੈਰਮਿਕ ਜਾਂ ਕੋਕਸੀਅਲ? ਜੋ ਆਪਣਾ ਆਂਸਰ ਹੋ ਜਾਏਗਾ ਉਹ ਕੀ ਹੈ? ਸੈਕਰਮ। ਨੈਕਸਟ ਕੁਐਸਚਨ, ਹੱਥ ਵਿੱਚ ਕੁੱਲ ਕਿੰਨੀਆਂ ਕਾਰਪਲ ਹੱਡੀਆਂ ਹੁੰਦੀਆਂ ਹਨ? 9, 8, 14 ਜਾਂ 12? ਆਪਣਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? 8, ਮਤਲਬ ਬੀ ਆਪਣਾ ਆਂਸਰ ਹੋ ਜਾਏਗਾ। ਇਹ ਸੀਗੇ ਅੱਜ ਦੇ ਇੰਪੋਰਟੈਂਟ ਕੁਐਸਚਨ।